ਸੋ ਇੱਕ ਵਾਰ ਫਿਰ ਮੈਨੂੰ ਤੁਹਾਡੇ ਨਾਲ ਦੁਬਾਰਾ ਲਾਈਵ ਹੋਣਾ ਪੈ ਰਿਹਾ ਕਿਉਂਕਿ ਹੁਣੇ ਹੁਣੇ ਖਬਰ ਮਿਲੀ ਹੈ ਦਿੱਲੀ ਤੋਂ ਕਿ ਸੱਜਣ ਕੁਮਾਰ ਜਿਹੜਾ ਕਾਂਗਰਸ ਦਾ ਲੀਡਰ ਸੀ ਉਸ ਨੂੰ ਉਮਰ ਕੈਦ ਕੀਤੀ ਹੈ ਜੋ 84 ਦਾ ਸਿੱਖ ਕਤਲੇਆਮ ਹੋਇਆ ਨਸਲਕੁਸ਼ੀ ਹੋਈ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਪਰੰਤੂ ਮੈਂ ਸਮਝਦਾ ਕਿ ਇਹ ਬਹੁਤ ਬਿਲੇਟਿਡ ਫੈਸਲਾ ਵਾ ਬਹੁਤ ਦੇਰ ਬਾਅਦ ਆਇਆ 34 ਸਾਲ ਜੱਦੋਜਹਿਦ ਕਰਕੇ ਇੱਕ ਲੀਡਰ ਫੜਿਆ ਗਿਆ ਵਾ ਔਰ ਇੱਦਾਂ ਦੇ ਕਈ ਲੀਡਰ ਹਨ ਜਿਨ੍ਹਾਂ ਦੇ ਨਾਮ ਆ ਰਹੇ ਨੇ ਟਾਈਟਲਰ ਵਰਗੇ ਐਚ ਕੇ ਐਲ ਭਗਤ ਵਰਗੇ ਜਿਹੜੇ ਹੁਣ ਇਸ ਦੁਨੀਆਂ 'ਚ ਨਹੀਂ ਹੈ ਪਾਵਾਂ ਵੱਡੇ ਵੱਡੇ ਲੀਡਰ ਬਹੁਤ ਸਾਰੇ ਆਰ ਐੱਸ ਐੱਸ ਅਤੇ ਬੀਜੇਪੀ ਦੇ ਵੀ ਲੋਕ ਉਸ ਹਜੂਮਾਂ ਵਿੱਚ ਇਕੱਤਰ ਸੀਗੇ ਰਿਕਾਰਡ ਮੁਤਾਬਕ ਹੁਣ ਮੈਨੂੰ ਨਾਮ ਭੁੱਲ ਰਿਹਾ ਉਸ ਵਿਅਕਤੀ ਦਾ ਉਹ ਇੱਕ ਵਾਰ ਅਟਲ ਬਿਹਾਰੀ ਵਾਜਪਾਈ ਇਲੈਕਸ਼ਨ ਲੜੇ ਸੀ ਲੋਕ ਸਭਾ ਦੇ ਉਹਨਾਂ ਦੇ ਉਹ ਪੋਲਿੰਗ ਏਜੰਟ ਸੀ ਉਹਨਾਂ ਦਾ ਇਲੈਕਸ਼ਨ ਏਜੰਟ ਸੀ ਇੱਕ ਆਦਮੀ ਉਸਦਾ ਨਾਮ ਮੈਂ ਰਿਸਰਚ ਕਰਕੇ ਦੱਸ ਸਕਦਾ ਉਹ ਸਾਰੇ ਨਿਕਲ ਨੁਕਲ ਗਏ ਖੁਰਦ ਬੁਰਦ ਹੋ ਗਏ ਸਾਰੇ ਕੇਸ ਔਰ ਜਿਸ ਢੰਗ ਦੇ ਨਾਲ ਚਾਹੇ ਉਹ ਪ੍ਰੋਸੀਕਿਊਸ਼ਨ ਏਜੰਸੀਆਂ ਸੀ ਉਹਨਾਂ ਨੇ ਬਹੁਤ ਇਸ ਕੇਸਾਂ ਨੂੰ ਲਟਕਾਇਆ ਚਾਹੇ ਉਹ ਪੁਲਿਸ ਸੀਗੀ ਦਿੱਲੀ ਦੀ ਜਾਂ ਕੁਛ ਕੇਸਿਸ ਸੀ ਬੀ ਆਈ ਨੇ ਇਨਵੈਸਟੀਗੇਟ ਕੀਤੇ ਬਹੁਤ ਜ਼ਿਆਦਾ ਦੇਰ ਲੱਗੀ ਆ ਲੋਕਾਂ 'ਚ ਭਾਰੀ ਮਾਯੂਸੀ ਨਾ ਸਿਰਫ ਸਿੱਖਾਂ ਦੇ ਵਿੱਚ ਲੇਕਿਨ ਸਾਰੇ ਠੀਕ ਸੋਚ ਰੱਖਣ ਵਾਲੇ ਜਿਹੜੇ ਇਨਸਾਨ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਅੱਜ ਦੇ ਯੁੱਗ ਵਿੱਚ 21ਵੀਂ ਸਦੀ 'ਚ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹਨਾਂ ਨੂੰ ਟਾਇਰ ਪਾ ਕੇ ਗਲਾਂ ਵਿੱਚ ਸਾੜ ਦਿੱਤਾ ਗਿਆ ਬਲਾਤਕਾਰ ਹੋਏ ਪਰ ਉਹਦੀ ਕੋਈ ਕੋਗਨੀਜੈਂਸ ਨਹੀਂ ਲਈ ਗਈ ਕਾਨੂੰਨ ਵੱਲੋਂ ਇਸ ਲਈ ਜਿਨ੍ਹਾਂ ਸੱਜਣਾਂ ਨੇ ਇਸ ਹਿੰਮਤ ਕਰਕੇ ਮੈਨੂੰ ਹੁਣ ਪਤਾ ਨਹੀਂ ਐਗਜੈਕਟਲੀ ਅਗਰ ਫੁਲਕਾ ਸਾਹਿਬ ਇਸ ਕੇਸ 'ਤੇ ਐਡਵੋਕੇਟ ਕਿਉਂਕਿ ਬਹੁਤ ਸਾਰੇ ਕੇਸਿਸ ਦੀ ਪੈਰਵਾਈ ਕਰਦੇ ਆ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਅਗਰ ਮੈਂ ਟਰੈਵਲ ਕਰ ਰਿਹਾ ਤਾਂ ਮੈਂ ਕੋਈ ਨਿਊਜ਼ ਵੀ ਨਹੀਂ ਸੁਣ ਸਕਿਆ ਮੈਨੂੰ ਤਾਂ ਟੈਲੀਫੋਨ ਦੇ ਉੱਤੇ ਦੱਸਿਆ ਲੋਕਾਂ ਨੇ ਫੁਲਕਾ ਸਾਹਿਬ ਨੇ ਅਗਰ ਇਸ ਕੇਸ ਦੀ ਪੈਰਵਾਈ ਕਰਕੇ ਸੱਜਣ ਕੁਮਾਰ ਵਰਗੇ ਇੱਕ ਕਾਤਲ ਨੂੰ ਲਾਈਫ ਸੈਂਟੈਂਸ ਦਵਾਈ ਆ ਤਾਂ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਵੈਸੇ ਵੀ ਦਿੰਦਾ ਵਾਂ ਕਿਉਂਕਿ ਉਹਨਾਂ ਨੇ ਵੈਸੇ ਵੀ ਬਹੁਤ ਜੱਦੋਜਹਿਦ ਅਰਸੇ ਤੋਂ 1984 ਦੇ ਸਿੱਖ ਕਤਲੇਆਮ ਦੀ ਉਹਨਾਂ ਨੇ ਪੈਰਵਾਈ ਕੀਤੀ ਆ ਦੇਖੋ ਜਦੋਂ ਇਨਸਾਫ ਹੁੰਦਾ ਉਦੋਂ ਲੋਕਾਂ ਦਾ ਕਾਨੂੰਨ ਅਤੇ ਸੰਵਿਧਾਨ ਅਤੇ ਆਪਣੇ ਦੇਸ਼ ਵਿੱਚ ਵਿਸ਼ਵਾਸ ਵੱਧਦਾ ਵਾ ਅਤੇ ਜਦੋਂ ਆਪਾਂ ਬੇਇਨਸਾਫੀ ਕਰਦੇ ਹਾਂ ਜਦੋਂ ਆਪਾਂ ਲਗਾਤਾਰ 34 ਸਾਲ ਡਿਨਾਈ ਕਰਦੇ ਜਸਟਿਸ ਉਦੋਂ ਵਿਸ਼ਵਾਸ ਟੁੱਟਦਾ ਹੈ ਲੋਕਾਂ ਦਾ ਔਰ ਇਹ ਜਿਹੜਾ 84 ਦਾ ਕਤਲੇਆਮ ਸੀਗਾ ਇਹ ਸਿਰਫ ਧੱਬਾ ਇਕੱਲੀ ਕਾਂਗਰਸ 'ਤੇ ਨਹੀਂ ਸੀਗਾ ਇਹ ਇਸ ਸਿਸਟਮ ਦੇ ਸੰਵਿਧਾਨ 'ਤੇ ਇਸ ਜਮਹੂਰੀਅਤ ਦੇ ਉੱਤੇ ਔਰ ਸਾਰੇ ਭਾਰਤ ਦੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਉੱਤੇ ਬਹੁਤ ਵੱਡਾ ਕਾਲਾ ਧੱਬਾ ਸੀ ਪਾਰਲੀਮੈਂਟ 'ਤੇ ਕਾਲਾ ਧੱਬਾ ਸੀਗਾ ਔਰ ਇਹ ਕਾਲਾ ਧੱਬਾ ਰਹੇਗਾ ਜਦੋਂ ਤੱਕ ਸਾਰਿਆਂ ਨੂੰ ਜਿੰਨੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ ਸਜ਼ਾ ਸਖ਼ਤ ਤੋਂ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ ਔਰ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਬਟ ਵੀ ਵਾਂਟ ਦੈਟ ਜਸਟਿਸ ਸ਼ੁੱਡ ਪ੍ਰਿਵੇਲ ਐਂਡ ਆਲ ਦੋਜ਼ ਗਿਲਟੀ ਵਿਦ ਇਰਰਿਸਪੈਕਟਿਵ ਆਫ ਵਾਟ ਦੇਅਰ ਸਟੇਟਸ ਇਜ਼ ਇਨ ਦਾ ਸੋਸਾਇਟੀ ਭਾਵਾਂ ਉਹ ਐਮ ਪੀ ਸੀ ਜਾਂ ਮਿਨਿਸਟਰ ਸੀ ਦੈਟ ਇਜ਼ ਇਰਰੈਲੀਵੈਂਟ ਉਹ ਪਹਿਲਾਂ ਕਾਨੂੰਨ ਦੀ ਨਿਗਾਹ ਦੇ ਵਿੱਚ ਕਾਤਲ ਹੋਣੇ ਚਾਹੀਦੇ ਆ ਉਹਨਾਂ ਨੇ ਇੱਕ ਬਹੁਤ ਜੈਨੋਸਾਈਡ ਦੇ ਵਿੱਚ ਹਿੱਸਾ ਲਿਆ ਵਾ ਇਸ ਲਈ ਬਕਾਇਆ ਜਿਹੜਾ ਜਸਟਿਸ ਆ ਉਹ ਵੀ ਤੁਰੰਤ ਅਤੇ ਛੇਤੀ ਸਪੀਡੀ ਜਸਟਿਸ ਹੋਣਾ ਚਾਹੀਦਾ ਔਰ ਸਾਰੇ ਸਮੂਹ ਜਿਹੜਾ ਜਿਹੜੇ ਵਕੀਲ ਸਾਹਿਬਾਨ ਨੇ ਇਸ ਕੇਸ ਦੀ ਪੈਰਵਾਈ ਕੀਤੀ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਔਰ ਜਿਹੜੇ ਵਿਕਟਿਮਸ ਲੜ ਰਹੇ ਨੇ ਉਹਨਾਂ ਨੂੰ ਵੀ ਸਾਡਾ ਸਲਾਮ ਹੈ ਜਿਹੜੇ ਲੋਕ 34 ਸਾਲ ਜਿਹਨਾਂ ਲੋਕਾਂ ਨੇ ਲੜਾਈ ਲੜੀ ਕੁਛ ਆਗੂ ਕੇਰ ਕਹਿ ਦਿੰਦੇ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਨੂੰ ਭੁੱਲ ਜਾਣਾ ਚਾਹੀਦਾ ਇਹ ਗੱਲਾਂ ਭੁੱਲਣ ਵਾਲੀਆਂ ਨਹੀਂ ਗੀਆਂ ਇਸ ਲਈ ਜਿਹਨਾਂ ਲੋਕਾਂ ਨੇ ਇਸ ਦੀ ਜੱਦੋਜਹਿਦ ਕੀਤੀ ਆ ਔਰ ਲੜਾਈ ਲੜੀ ਆ ਔਰ ਜਿਹਨਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਸੀ ਉਹਨਾਂ ਦੇ ਨਾਲ ਸਾਡੀ ਅੱਜ ਵੀ ਉਹਨਾਂ ਦੇ ਨਾਲ ਹਮਦਰਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਬਕਾਇਆ ਜਿਹੜੇ ਕੇਸਿਸ ਨੇ ਦੇ ਸ਼ੁੱਡ ਬੀ ਡਿਸਾਈਡਿਡ ਇਮੀਜੀਏਟਲੀ ਐਂਡ ਪੀਪਲ ਸ਼ੁੱਡ ਬੀ ਪਨਿਸ਼ਡ ਨੋਟ ਓਨਲੀ ਲਾਈਫ ਸੈਂਟੈਂਸ ਬਟ ਇਹਨਾਂ ਲੋਕਾਂ ਨੂੰ ਤਾਂ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ ਉਮੀਦ ਹੈ ਕਿ